ਇਹ ਗੱਲ ਸੱਚੇ 100 ਦਿਨ ਚੋਰ ਦਾ ਤੇ 1 ਦਿਨ ਸਾਧ ਦਾ ਜ਼ਰੂਰ ਆਉਂਦਾ ਏ। ਕੰਗਣਾ ਅੱਗੇ ਤੋਂ ਸਿਕਿਉਰਿਟੀ ਚੈੱਕ ਵੇਲੇ ਥੋੜਾ ਧਿਆਨ ਨਾਲ ਲੰਘਣਾ, ਕਿਉਂਕਿ ਜੋ ਇਨਾਮ MP ਬਣਨ ਤੋਂ ਬਾਅਦ ਤੈਨੂੰ ਭੈਣ ਕੁਲਵਿੰਦਰ ਕੌਰ ਨੇ ਦਿੱਤਾ ਏ ਨਾ, ਇਸ ਤੋਂ ਤੈਨੂੰ ਸਿੱਖਿਆ ਲੈਣੀ ਚਾਹੀਦੀ ਏ, ਕਿਉਂਕਿ ਤੇਰੀ ਜ਼ਬਾਨ ਦੇ ਉੱਤੇ ਲਗਾਮ ਨਹੀਂ, ਤੂੰ ਜੋ ਮੂੰਹ ਆਉਂਦਾ ਏ ਉਹ ਬੋਲ ਜਾਣੀ ਏ। ਤੇ ਸਾਡੀਆਂ ਬੀਬੀਆਂ ਭੈਣਾਂ ਬਾਰੇ, ਜੋ ਕਿਸਾਨ ਮਜ਼ਦੂਰਾਂ ਬਾਰੇ ਤੂੰ ਅਪਸ਼ਬਦ ਬੋਲੇ ਸੀ ਨਾ, ਇਹ ਤੈਨੂੰ ਉਸ ਦਾ ਇਨਾਮ ਮਿਲਿਆ ਏ, ਕਿਉਂਕਿ ਪੰਜਾਬੀ ਇਨਾਮ ਦੇਣ ਤੋਂ ਕਦੇ ਪਿੱਛੇ ਨਹੀਂ ਹਟਦੇ, 21 ਦੇ 41 ਭਾਜੀ ਮੋੜਦੇ ਨੇ। ਇਸ ਕਰਕੇ ਇਹ ਕੋਈ ਪਤਾ ਨਹੀਂ ਥੱਪੜਾਂ ਦੀ ਬਰਸਾਤ ਕਦੋਂ ਹੋਣੀ ਸ਼ੁਰੂ ਹੋ ਜਾਵੇ, ਅੱਗੇ ਤੋਂ ਥੋੜਾ ਧਿਆਨ ਰੱਖੀ ਤੇ ਆਪਣੀ ਜ਼ਬਾਨ ਦੇ ਉੱਤੇ ਲਗਾਮ ਰੱਖੀ, ਜਿਹੜਾ ਸੋਚ ਸਮਝ ਕੇ ਬੋਲਣਾ ਚਾਹੀਦਾ ਏ, ਕਿਉਂਕਿ ਨਹੀਂ ਤੇ ਉਹ ਫਿਰ ਬੰਦੇ ਨੂੰ ਖਮਿਆਜਾ ਆਪਣੇ ਬੋਲਣ ਦਾ ਆਪ ਭੁਗਤਣਾ ਪੈਂਦਾ ਏ। ਇਸ ਕਰਕੇ ਕੰਗਣਾ ਜਰਾ ਧਿਆਨ ਨਾਲ ਲੰਘਣਾ।